ਸਾਰੇਗਾਮਾ ਕਾਰਵਾਂ ਮਿੰਨੀ ਗੁਰਬਾਣੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਹੋ ਕਾਰਵਾਂ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ ਸਾਰੇਗਾਮਾ ਪੰਜਾਬੀ ਯੂਟਿਊਬ ਚੈਨਲ 'ਤੇ। ਲੋਕ ਗਾਇਕੀ ਅਤੇ ਲੋਕ ਗੀਤ ਪੰਜਾਬੀ ਸੰਗੀਤ ਦਾ ਇੱਕ ਮੁੱਖ ਹਿੱਸਾ ਰਹੇ ਨੇ, ਕਿਉਂਕਿ ਨਾ ਸਿਰਫ ਇਹ ਪੰਜਾਬੀ ਲੋਕ ਰਹਿਣ ਸਹਿਣ ਨੂੰ ਦਰਸਾਉਂਦੇ ਨੇ ਬਲਕਿ ਉਹਨਾਂ ਨੂੰ ਸਲਾਮਤ ਰੱਖਣ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਕੰਮ ਵੀ ਕਰਦੇ ਹਨ। ਜਿਵੇਂ ਕਿ ਕਿਸੇ ਵੀ ਵਿਆਹ ਸ਼ਾਦੀ ਨੂੰ ਲੈ ਲਓ, ਆ ਕੌੜੀ ਟੱਪੇ ਸੁਹਾਗ ਇਹਨਾਂ ਸਭ ਦੇ ਨਾਲ ਉਦੋਂ ਤੋਂ ਚੱਲੀ ਆ ਰਹੀਆਂ ਰਸਮਾਂ ਅਤੇ ਰਿਵਾਜ ਹਾਲੇ ਤੱਕ ਫੁੱਲ ਫਲ ਰਹੇ ਨੇ ਅਤੇ ਆਹੀ ਹੈ ਸਾਡੀ ਵਿਰਾਸਤ, ਜਿਸ ਨੂੰ ਅਸੀਂ ਪੰਜਾਬੀ ਮਾਣਦੇ ਹਾਂ ਅਤੇ ਜਿਉਂਦੇ ਵੀ ਹਾਂ। ਅਤੇ ਸਾਡੇ ਇਸ ਕਲਚਰ ਦਾ ਇੱਕ ਬਹੁਤ ਮਹੱਤਵਪੂਰਨ ਪਹਿਲੂ ਹਨ ਸਾਡੇ ਵਿਆਹ ਅਤੇ ਉਹਨਾਂ ਵਿੱਚ ਗਾਏ ਗੀਤ। ਇਸੇ ਲਈ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਵੀ ਅਸੀਂ ਸ਼ਗਨ ਦੇ ਗੀਤ ਨਾਲ ਕਰਾਂਗੇ। ਗੀਤ ਹੈ ਕਾਲਾ ਡੋਰੀਆ, ਜਿਸ ਬਿਨਾਂ ਕੋਈ ਵੀ ਵਿਆਹ ਪੂਰਾ ਹੋ ਹੀ ਨਹੀਂ ਸਕਦਾ। ਆਵਾਜ਼ ਹੈ ਸੁਰਿੰਦਰ ਕੌਰ ਜੀ ਅਤੇ ਪ੍ਰਕਾਸ਼ ਕੌਰ ਜੀ ਦੀ। ਤੁਸੀਂ ਸੁਣੋ ਅਤੇ ਮੁੜ ਕੇ ਆਓ, ਗੱਲਾਂ ਜਾਰੀ ਰੱਖਾਂਗੇ। ਤੁਸੀਂ ਸੁਣ ਰਹੇ ਹੋ ਕਾਰਵਾਂ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ।
ਸੁਣ ਰਹੇ ਹੋ ਕਾਰਵਾਂ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। ਜਦ ਗੱਲ ਸ਼ਗਨਾਂ ਅਤੇ ਰਸਮਾਂ ਦੀ ਹੋਵੇ ਤਾਂ ਸਭ ਨੂੰ ਪਤਾ ਹੈ ਕਿ ਵਿਆਹ ਦੇ ਸ਼ਗਨਾਂ ਵਿੱਚ ਦੋ ਤਰ੍ਹਾਂ ਦੇ ਗੀਤ ਖਾਸ ਤੌਰ 'ਤੇ ਹੁੰਦੇ ਨੇ। ਪਹਿਲੇ ਘੋੜੀਆਂ, ਜੋ ਕਿ ਦੂਲੇ ਵੱਲ ਦੇ ਲੋਕ ਗਾਉਂਦੇ ਨੇ। ਆਮ ਕਰਕੇ ਔਰਤਾਂ ਹੀ ਇਹ ਗੀਤ ਗਾਉਂਦੀਆਂ ਨੇ। ਘੋੜੀਆਂ ਦੇ ਗੀਤ ਖੁਸ਼ੀ ਅਤੇ ਆਉਣ ਵਾਲੇ ਜੀਵਨ ਦੀ ਇੱਛਾਵਾਂ ਦੇ ਆਲੇ ਦੁਆਲੇ ਹੁੰਦੇ ਨੇ, ਜਿਨ੍ਹਾਂ ਵਿੱਚ ਛੇੜਛਾੜ ਅਤੇ ਨਵੀਂ ਜੋੜੀ ਦੇ ਆਉਣ ਵਾਲੇ ਦਿਨਾਂ ਦੀਆਂ ਗੱਲਾਂ ਹੁੰਦੀਆਂ ਨੇ। ਅਤੇ ਦੂਜੇ ਪਾਸੇ ਕੁੜੀ ਵਾਲਿਆਂ ਵੱਲ ਗਾਏ ਜਾਂਦੇ ਨੇ ਸੁਹਾਗ, ਜਿਸ ਦੇ ਬੋਲ ਦੋ ਪਾਵਾਂ ਦੇ ਮੇਲ ਹੁੰਦੇ ਨੇ, ਆਉਣ ਵਾਲੇ ਸਮੇਂ ਦੀ ਖੁਸ਼ੀ ਅਤੇ ਨਾਲ ਹੀ ਵਿਛੋੜੇ ਦਾ ਗਮ। ਸ਼ਗਨਾਂ ਦੇ ਗੀਤ ਇਹਨਾਂ ਪਾਵਾਂ ਨਾਲ ਬੜੇ ਡੂੰਘੇ ਤੌਰ 'ਤੇ ਜੁੜੇ ਹੋਏ ਨੇ। ਅੱਗੇ ਪੇਸ਼ ਹੈ ਗੀਤ ਬਾਰੀ ਬਰਸੀ ਖੱਟਣ ਗਿਆ ਸੀ, ਜਿਸ ਵਿੱਚ ਸੁਰਿੰਦਰ ਕੌਰ ਜੀ ਅਤੇ ਪ੍ਰਕਾਸ਼ ਕੌਰ ਜੀ ਪੂਰੇ ਪਰਿਵਾਰ ਨੂੰ ਜੋੜਦੇ ਹੋਏ ਇੱਕ ਵਿਆਹ ਨੂੰ ਮਾਣਦੀਆਂ ਹਨ। ਤੁਸੀਂ ਸੁਣ ਰਹੇ ਹੋ ਕਾਰਵਾਂ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। ਬਰਸੀ ਖੱਟਣ ਕਿਉਂ ਵੇ ਨਿੱਕੀ ਖੱਟ ਲਿਆ, ਬਾਰੀ ਬਰਸੀ ਖੱਟਣ ਕਿਉਂ, ਖੱਟ ਕੇ ਲਿਆਂਦੇ ਪਾਵੇ ਨੀ ਪਾਵੇ। ਓ ਬਾਬਲੇ ਨੇ ਮਾਰ ਟੋਲਿਆ, ਬਈ ਬਾਬਲੇ ਨੇ ਮਾਰ ਟੋਲਿਆ, ਜਿਹਨੂੰ ਪੱਗ ਬੰਨਣੀ ਵੀ ਨਾ ਆਵੇ। ਖੱਟਣ ਗਿਆ ਏ, ਖੱਟ ਕੇ ਲਿਆਂਦਾ ਖੋਟਾ, ਓਏ ਬਾਰੀ ਬਰਸੀ ਖੱਟਣ ਗਿਆ, ਤੇ ਖੱਟ ਕੇ ਲਿਆਂਦਾ ਖੋਟਾ, ਬਾਬਲ ਨੇ ਵਰ ਟੋਲਿਆ, ਮੇਰੀ ਗੁੱਤ ਦੇ ਪਰਾਂਦੇ ਨਾਲੋਂ ਛੋਟਾ। ਸੋਰੇ ਕੋਲੋਂ ਕੁੰਡੀ ਕੱਢਦੀ, ਨੰਗਾ ਰੱਖਦੀ ਕਲਿਪ ਵਾਲਾ ਪਾਸਾ, ਸੋਰੇ ਕੋਲੋਂ ਕੁੰਡੀ ਕੱਢਦੀ, ਨੰਗਾ ਰੱਖਦੀ ਕਲਿਪ ਵਾਲਾ ਪਾਸਾ, ਸੋਰੇ ਕੋਲੋਂ ਕੁੰਡੀ ਕੱਢਦੀ, ਨੰਗਾ ਰੱਖਦੀ ਕਲਿਪ ਵਾਲਾ ਪਾਸਾ, ਸੋਰੇ ਕੋਲੋਂ ਕੁੰਡੀ ਕੱਢਦੀ। ਓਏ ਬਾਰੀ ਬਰਸੀ ਖੱਟਣ ਗਿਆ, ਨਿੱਕੀ ਖੱਟ ਲਿਆਇਆ, ਤੇ ਖੱਟ ਕੇ ਲਿਆਂਦਾ ਫੀਤਾ, ਫੀਤਾ ਨੀ ਮਾਈ ਮੇਰਾ ਨਿੱਕਾ ਜਿਹਾ, ਨੀ ਮਾਈ ਮੇਰਾ ਨਿੱਕਾ ਜਿਹਾ, ਅਸਾਂ ਖਿੱਚ ਕੇ ਬਰੋਬਰ ਕੀਤਾ, ਮਾਈ ਮੇਰਾ ਨਿੱਕਾ ਜਿਹਾ। ਹਿੱਲੇ
ਕਾਰਵਾਂ ਕਲਾਸਿਕ ਦੇ ਐਪੀਸੋਡਸ ਤੁਸੀਂ ਆਫਲਾਈਨ ਵੀ ਕਰ ਸਕਦੇ ਹੋ ਤਾਂ ਜੋ ਤੁਸੀਂ ਇਹਨਾਂ ਨੂੰ ਕਦੀ ਵੀ ਕਿਤੇ ਵੀ ਸੁਣ ਸਕੋ ਤੇ ਇੰਜੋਏ ਕਰ ਸਕੋ। ਤੁਸੀਂ ਸੁਣ ਰਹੇ ਹੋ ਕਾਰਵਾਂ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ। ਪ੍ਰਕਾਸ਼ ਕੌਰ ਜੀ ਮੁੱਖ ਤੌਰ 'ਤੇ ਪੰਜਾਬੀ ਲੋਕ ਗੀਤ ਗਾਉਂਦੇ ਸੀ, ਜਿਸ ਵਿੱਚ ਇਹਨਾਂ ਨੇ ਨਾ ਸਿਰਫ ਗਾਵਨ ਵਿੱਚ ਆਪਣਾ ਯੋਗਦਾਨ ਦਿੱਤਾ ਬਲਕਿ ਇਸ ਸ਼੍ਰੇਣੀ ਨੂੰ ਵਾਧਾ ਦਿੱਤਾ ਅਤੇ ਇਸ ਨੂੰ ਲੋਕਾਂ ਦੇ ਦਿਲਾਂ ਦਾ ਨੇੜ ਵੀ ਮਿਲਿਆ। ਤੁਹਾਨੂੰ ਪਤਾ ਹੈ ਇਸ ਦੇ ਨਾਲ ਨਾਲ ਇਹਨਾਂ ਨੇ ਕੁਝ ਪਸ਼ਤੂ ਗੀਤ ਵੀ ਗਾਏ ਸੀ। ਉਸ ਵੇਲੇ ਦੇ ਪੰਜਾਬ ਦੀ ਗਾਇਕੀ ਵਿੱਚ ਅਸੀਂ ਇਹ ਚਲਨ ਆਮ ਵੇਖਿਆ ਕਿ ਗਾਇਕ ਜੋੜੀਆਂ ਵਿੱਚ ਗਾਉਂਦੇ ਸੀ ਅਤੇ ਇੰਜ ਹੀ ਇਹਨਾਂ ਨੇ ਸੁਰਿੰਦਰ ਕੌਰ ਜੀ ਨਾਲ ਮਿਲ ਕੇ ਸਾਨੂੰ ਕਈ ਅਨਮੁੱਲੇ ਗੀਤਾਂ ਦੀ ਸੌਗਾਤ ਪੇਸ਼ ਕੀਤੀ। ਸੁਰਿੰਦਰ ਕੌਰ ਜੀ ਗਾਇਕੀ ਵਿੱਚ ਹੀ ਨਹੀਂ ਇਹਨਾਂ ਦੀ ਜ਼ਿਆਤੀ ਜ਼ਿੰਦਗੀ ਵਿੱਚ ਵੀ ਇੱਕ ਅਹਿਮ ਕਿਰਦਾਰ ਨਿਭਾਉਂਦੇ ਸੀ ਕਿਉਂਕਿ ਉਹ ਪ੍ਰਕਾਸ਼ ਕੌਰ ਜੀ ਦੇ ਛੋਟੇ ਸਿਸਟਰ ਸਨ। ਗੱਲਾਂ ਅੱਗੇ ਵੀ ਕਰਾਂਗੇ ਪਰ ਪਹਿਲਾਂ ਪੇਸ਼ ਹੈ ਸ਼ਗਨਾਂ ਦੇ ਗੀਤਾਂ 'ਚੋਂ ਇੱਕ ਹੋਰ ਨਗੀਨਾ, ਨੀ ਮੈਂ ਕਤਾਂ ਪ੍ਰੀਤਾਂ ਨਾਲ, ਜਿਸ ਨੂੰ ਗਾਇਆ ਪ੍ਰਕਾਸ਼ ਕੌਰ ਹੋਣਾ ਨੇ। ਸੁੰਦਰ ਰਹੋ, ਸਾਡੇ ਨਾਲ ਬਣੇ ਰਹੋ, ਕਾਰਵਾਂ ਕਲਾਸਿਕ ਰੇਡੀਓ ਸ਼ੋ ਖੁਸ਼ਬੂ ਦੇ ਨਾਲ। ਚਰਖਾ ਚੰਨਣ ਦਾ ਚਰਖਾ ਚੰਨਣ ਦਾ
मेरा दिल पिया तड़के शावा दूजा कंगन छणके शावा चरखा चन्नण दा शावा चरखा चन्नण दा मनकता परीता नाल चरखा चन्नण दा शावा चरखा चन्नण दा मां मेरी मेनू चरखा दित्ता विच चरखे ते मेखा महाराणी मेनु याद जो आवे जद चरखे वल वेखा चरखा चन्नण दा शावा चरखा चन्नण दा मनकता परीता नाल चरखा चन्नण दा शावा चरखा चन्नण दा चरखे दा मैं रंग किया खां रंग आखां सुनहरी बाबल मेरे हत जो पड़िया ते रोया परी कचहरी चरखा चन्नण दा शावा चरखा चन्नण दा ये बिकता है वड्डे बाजार चरखा चन्नण दा शावा चरखा चन्नण दा जे बनेरे कांपिया बोले मैं चरखे तंद पावा कावा मेरा वीर लिया में तन पुट पुट चूरिया पावा चरखा चन्नण दा शावा चरखा चन्नण दा मनकता परीता नाल चरखा चन्नण दा शावा चरखा चन्नण दा आओ सहेलियो पालो छोपे दीदी में दीदी कतिये नाल सहेलियां रल मिल गाइए ते किकली पाके हसिए चरखा चन्नण दा शावा चरखा चन्नण दा मनकता परीता नाल चरखा चन्नण दा शावा चरखा चन्नण दा चरखा कुकर देंदा शावा कुकर लगी कलेदे शावा एक मेरा दिल पिया तड़के शावा दूजा कंगन छणके शावा चरखा चन्नण दा शावा चरखा चन्नण दा ਇਸ ਐਪੀਸੋਡ ਨੂੰ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਜ਼ਰੂਰ ਸ਼ੇਅਰ ਕਰਿਓ। ਕਾਰਵਾਂ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ ਅਸੀਂ ਗੱਲ ਕੀਤੀ ਪ੍ਰਕਾਸ਼ ਕੌਰ ਜੀ ਬਾਰੇ।
ते आज दे शो दा दूसरा सुनहरा ना है सुरिंदर कौर जी दा। ग्रामाफोन जमाने दे पंजाब दे सब तो प्रसिद्ध ते मन पौंदे पंजाबी लोक गीत गायिका ते लेखिका। पंजाबी साहित्य दी एनी सेवा कीती है इन्हां ने कि इन्हां दा नाम लए बिना पंजाबी साहित्य ते संगीत दी चर्चा कीती ही नहीं जा सकती। 6 दशक लंबा करियर अजिहा ही नहीं मुकम्मल हुंदा। की तुहानू ए पता है कि उन्हां ने शास्त्रीय संगीत दी सख्त ट्रेनिंग कीती मास्टर इनायत हुसैन जी कोल ते पंडित मनी प्रसाद जी कोल। समकाली पंजाबी सिंगर्स चों इन्हां दे ते नुसरत फतेह अली खान साहब तो इलावा शायद ही कोई होवे जिसने इंडियन म्यूजिकल स्केल दी एस पद्धर दी मास्टरी कीती होवे। इन्हां दे ते प्रकाश कौर जी दे टप्पे गावन लोक गीत उदों तां मन्ने ही गए, अज वी साडे सब दे दिलां ते जुबानां ते जिंदा ने। हर हफ्ते असी कारवां क्लासिक दा एक नवा एपिसोड पेश कर रहे हां सिर्फ तो हाडे लई। नी सुंदा नी जीता नी निंदर पालिए आओ नी टोलक ना गीत गाइए राम पद दा ब्याह जे नी टोलक दे गीत नहीं पहला सुहाग गावांगियां गलियां ते होयां बाबल पीड़ी Thank you.
बाबल बिछड़ी मेरे बिछड़े पैर पर आऊए बाबल करमी मैं बेटी पर नाऊए बाबल सारी गाला दे आओ हम तो लग दे गीत भी कुछ गाइए आओ नहीं आओ
ਲਾਲ ਮੋਈ ਚੱਟ ਮੋਈ ਪਟ ਮੋਈ ਰਸੀਆ ਰਸੀਆ ਨੇ ਬੂਲਿਆ ਦੇਵੇ ਮੇਰੀ ਠੀਕਲੇ ਜੇਪੀ ਰਸੀਆ ਨੇ ਬੂਲਿਆ ਦੇਵੇ ਮੇਰੀ ਠੀਕਲੇ ਜੇਪੀ ਨਾਨੀ ਬੁਆ ਤੂੰ ਇੱਥੇ ਸੁਣੀ ਦਾ ਨਾਨੀ ਬੁਆ ਲਾਹੌਰ ਨਾਨੀ ਬੁਆ ਤੂੰ ਇੱਥੇ ਸੁਣੀ ਦਾ ਨਾਨੀ ਬੁਆ ਲਾਹੌਰ ਸ਼ਾਬਾਸ਼ ਮੇਰੇ ਮਾਏ ਦਾ ਜਿਨ ਨੂੰ ਭੁੱਲਿਆ ਦੇ ਤੋੜ ਵਿਰਸੀਆ ਵਿਰਸੀਆ ਨੇ ਭੁੱਲਿਆ ਦੇ ਵੇ ਮੇਰੀ ਠੀਕਲੇ ਦੇ ਪੀ ਅੱਜ ਮੋਈ ਕੱਲ ਮੋਈ ਝੱਟ ਮੋਈ ਪੱਟ ਮੋਈ ਵਿਰਸੀਆ ਵਿਰਸੀਆ ਨੇ ਭੁੱਲਿਆ ਦੇ ਮੈਂ ਕੋਠੇ ਉੱਤੇ ਪਾਉਣੀ ਆ ਲੈ ਤੂੰ ਕੀ ਯਾਦ ਕਰੇਂਗੀ ਸੁਣਾ ਦਿੰਦੇ ਆਉਣੇ ਕੁੱਟ ਕੁੱਟ ਬਾਜਰਾ ਮੈਂ ਕੋਠੇ ਉੱਤੇ ਪਾਉਣੀ ਤੁਸੀਂ ਸੁਣ ਰਹੇ ਹੋ ਕਾਰਵਾਂ ਕਲਾਸਿਕ ਰੇਡੀਓ ਸ਼ੋਅ ਖੁਸ਼ਬੂ ਦੇ ਨਾਲ। ਲੋਕ ਗੀਤਾਂ ਦਾ ਸੰਬੰਧ ਸਿਰਫ ਵਿਆਹਾਂ ਨਾਲ ਨਹੀਂ ਸਗੋਂ
रोज़ दी जिंदगी नाल हुंदा है। उठन बैठन, रहन सहन, आदतां सब उत्ते गीत बन जांदे ने। ते पीढ़ियां बाद ओ गीत सुन के पता चलदा है कि पहला किद्दां हुंदा सी। ते कई बार कई प्रांतां दे गीत एक दूजे तो प्रभावित हुंदे ने। थानू बॉलीवुड दी फिल्म हम दिल दे चुके सनम याद है? गीत सीगा निंबुड़ा निंबुड़ा, छोटा छोटा काचा काचा निंबुड़ा लाई दे। अज ते साडे प्रोग्राम दा अगला गीत एना बोला नाल बहुत मिलदा जुलदा है। इस नूं आवाज़ दित्ती सुरिंदर कौर जी ते प्रकाश कौर जी ने। ते बोल हन रसिया निंबू लिया दे। ऐ कई बार वेखन नूं मिलिया है कि दूजे प्रांतां ते विरसियां चों लोक खासकर बॉलीवुड प्रेरित हुंदा है। अज ते साडे गीत शगना दे प्रोग्राम बारे इन्ना ही। जल्द ही फिर मिलांगी पंजाबी संगीत दे किसे होर पहलू नूं तुहाडे नाल मानन लई। तद तक रब राखा। तुसी सुन रहे हो कारवां क्लासिक रेडियो शो खुशबू दे नाल सारेगामा पंजाबी यूट्यूब चैनल ते। करो हर हफ्ते ते सारे गामा पंजाबी चैनल नू सब्सक्राइब करके नोटिफिकेशंस ऑन कर लो ता जो कोई एपिसोड मिस ना होवे।
ਸੋਨੀ ਪੰਨੂ ਸ਼ਗਨਾ ਦਾ ਗਾਨ ਆਵੋ ਨੀ ਆਵੋ ਪੰਨੂ ਸ਼ਗਨਾ ਦਾ ਗਾਨ ਮਾਰਾ
ਕਿਹੋ ਜਿਹਾ ਲੱਗਾ ਤੁਹਾਨੂੰ ਇਹ ਸ਼ੋ? ਕਮੈਂਟ ਸੈਕਸ਼ਨ ਵਿੱਚ ਲਿਖ ਕੇ ਸਾਨੂੰ ਜ਼ਰੂਰ ਦੱਸਿਓ ਤੇ ਇਸ ਐਪੀਸੋਡ ਨੂੰ ਆਪਣੇ ਦੋਸਤਾਂ ਤੇ ਪਰਿਵਾਰ ਨਾਲ ਜ਼ਰੂਰ ਸ਼ੇਅਰ ਕਰਿਓ। ਪਾਪੀ ਨਾਲ